ਛੋਣਾ ਪੁੱਤ ਕਿੱਥੇ ਹੋਇਆ ਹੋਣਾ ਉਹਨਾਂ ਨੂੰ ਤੇ ਬਿਨਾ ਚਾਦਰਾਂ ਤੋਂ ਬੰਦੇ ਇਹਨੂੰ ਚਾਦਰਾਂ ਵਿਛਾ ਵਿਛਾ ਬਾਇਆ ਗਈ ਵੇਖ ਲਾ ਵੀਰ ਜੀ ਇੱਜ਼ਤ ਹੈ ਬਿਨਾ ਚਾਦਰਾਂ ਤੋਂ ਉਹਨਾਂ ਨੂੰ ਬਣਾਇਆ ਜਾ ਬਿਠਾਇਆ ਜਾਂਦਾ ਸੀ ਤੇ ਉਹਨੂੰ ਚਾਦਰਾਂ ਵਿਛਾ ਕੇ ਬਿਠਾਇਆ ਜਾਣ ਡਿਆ ਆ ਵੀਰ ਜੀ ਤੋਰੀ ਉਹਨਾਂ ਨੂੰ ਬੰਨਣਾ ਵੀ ਆ ਬੈਲਟ ਸੀਟ ਬੈਲਟ ਵੀ ਲੱਗਣੀ ਆ ਫੜੋ ਦੂਜਾ ਜਮੂਰੇ ਨੂੰ ਵਿੱਚ ਵਾੜੋ ਸਹੀ ਜਮੂਰੇ ਕਿੱਡੇ ਸੋਹਣੇ ਲੱਗਣ ਦੇ ਇਹ ਕੀ ਯਾਦ ਰੱਖੋ ਜਹਾਜ਼ ਚ ਸੀਟ ਬੈਲਟ ਲਾ ਕੇ ਆਇਆ ਇੱਥੇ ਵੀ ਸੀਟ ਬੈਲਟਾਂ ਨੇ ਸਾਡੇ ਕੋਲ ਚਲੋ ਪੋਤੇ ਵੀ ਸਿੱਧਾ ਜਹਾਜ਼ ਤੋਂ ਪਤਾ ਲੱਗਾ ਹੁਣ ਇਹਦੇ ਚ ਖਟਾਉਣੇ ਰੱਖ ਦੋ ਲੈ ਉਹ ਖੁਸ਼ ਹੋਇਆ ਕਿੰਨਾ ਹੀ ਚੱਲ ਜੀ ਚੱਲ ਤੋਰ ਜੇ ਸਾਡੀਆਂ ਦੇਸੀ ਗੱਡੀਆਂ ਦਾ ਮਤਲਬ ਇਹ ਨਹੀਂ ਕਿ ਸੇਫਟੀ ਨਹੀਂ ਰੱਖਦੇ ਸੇਫਟੀ ਨਹੀਂ ਰੱਖਦੇ ਓਏ ਅੰਦਰ ਵੜ ਲੈ ਹਾਂ ਹੁਣ ਸਾਡਾ ਜਹਾਜ਼ ਜਿੱਦਾਂ ਮਰਜ਼ੀ ਜਾਵੇ ਸਾਈਬਰ ਚੱਲੇ ਹੁਣ ਲੱਗੇ ਜਹਾਜ਼ ਹੌਲੀ ਚਲਾਇਓ ਵੀਰ ਜੀ ਹੌਲੀ ਚਲਾਏ ਹਾਂ ਉਹ ਵੀ ਕਿੱਡਾ ਡਿੱਗਣ ਦੀ ਸੂਰਤ ਦੇ ਵਿੱਚ ਇਸ ਨੂੰ ਘੁੱਟ ਕੇ ਫੜੋ ਇਹਨੂੰ ਠੀਕ ਆ ਆਸੇ ਪਾਸੇ ਹਲਾਰੇ ਵੱਜਣ ਤੋਂ ਬਚੋ ਇੱਕ ਦੂਜੇ ਦਾ ਸਾਥ ਰੱਖੋ ਬੁੱਧੀ ਮੈਂ ਚਲੀਏ ਮੌਸਮ ਖਰਾਬ ਹੋ ਗਿਆ ਤੀਜੀ ਤੀਜੀ ਕਿੱਥੇ ਆ ਤੀਜੀ ਸੁੱਤੀ ਆ ਤੀ ਆ ਉਹ ਹੁੰਦੀ ਤੇ ਤਰਨ ਨਹੀਂ ਦੇਣਾ ਮੌਸਮ ਖਰਾਬ ਹੋਣ ਦੀ ਸੂਰਤ ਵਿੱਚ ਕੀ ਕੀਤਾ ਜਾਏਗਾ ਤੇ ਪਿੱਛੋਂ ਜਾ ਆਏ ਉਹਨੇ ਫੜਿਆ ਇਹ ਭੈਣਾ ਦੋਵਾਂ ਨੇ ਫੜਿਆ ਓਹੋ ਜਾਈ ਦੀ ਚੈਨ ਲੱਤ ਗਈ ਸੇਫਟੀ ਵੇਖੋ ਨਿਆਣਿਆਂ ਨੇ ਜਾਈ ਦੀ ਚੈਨ ਲੱਤ ਗਈ ਆ ਸੱਤੀਆਂ ਫੜਿਆ ਕੁੱਟ ਕੁੱਟ ਕੇ ਜਾਈ ਦੀ ਚੈਨ ਲੱਤ ਗਈ ਆ ਨਹੀਂ ਚੈਨ ਤੇ ਜਹਾਜ਼ ਦੀ ਚੱਲਣ ਦੀ ਜਹਾਜ਼ ਦੇ ਤੁੱਕੇ ਫੇਲ ਹੋ ਕੇ ਲੱਗਦਾ ਸਵਾਰ ਜੱਗ ਦੀ ਪਾਰੀ ਹੋ ਗਿਆ ਇਹਨਾਂ ਡਰਾਈਵਰ ਨੂੰ ਕੀ ਹੋ ਗਿਆ ਪਾਇਲਟ ਮਾੜਾ ਜਹਾਜ਼ ਭਾਉ ਤੁਹਾਡਾ ਜਹਾਜ਼ ਮਾੜਾ ਨੇ ਪਾਇਲਟ ਨੇ ਪਹਿਲਾਂ ਵੇਖਿਆ ਨਹੀਂ ਸਵਾਰ ਕੇ ਸਾਰੀਆਂ ਚਾਰ ਤੁੱਕੇ ਫੇਲ ਹੋਏ ਜੇ ਤੁੱਕੇ ਫੇਲ ਹੋ ਗਿਆ ਜਹਾਜ਼ ਦੇ ਲੈ ਲਓ ਯਾਰ ਕਿਰਾਇਆ ਕਰੋ ਨਾ ਜੀ ਇਹ ਗੱਡੀ ਉਹੀ ਆ ਜਿਹੜੀ ਡੈਡੀ ਵਾਲੀ ਸੀ ਇਹ ਬੜੀ ਛੇਤੀ ਖੜਕ ਗਈ ਆ ਕੋਈ ਗੱਲ ਨਹੀਂ ਅਸੀਂ ਦੂਜਾ ਕੰਮ ਕਰ ਲੈਨੇ ਆ ਦੇਸੀ ਧੱਕਾ ਸ਼ਾਹੀ ਮੈਨੂੰ ਤੇ ਦੋਵੇਂ ਜੋੜੇ ਹੀ ਲੱਗਦੇ ਆ ਆਇਆ ਹਾਏ ਹਾਏ ਉਹਦੇ ਵਾਲ ਵੇਖੇ ਉੱਡਦੇ ਵੀਰ ਜੀ ਮੈਨੂੰ ਵੀ ਬਾਲ ਕੇ ਲੈ ਸਾਰੇ ਬੈਠੇ ਸੀ ਉਧਰ ਵੀ ਬਾਲ ਕੇ ਲੈ ਜਾਣਾ ਕਹਿੰਦਾ ਹੋਣਾ ਗੁਰਸ਼ਾਨ ਗੁਰਸਾਹਿਬ ਕਹਿੰਦਾ ਹੋਣਾ ਹੁਣ ਬੜਾ ਤੜ ਫੜਾਵਾਂ ਵੀ ਉੱਥੇ ਨਜ਼ਾਰੇ ਡਿਆ ਲੈਣ ਗੁਰਸਾਹਿਬ ਨੇ ਕਹਿਣਾ ਜਹਾਜ਼ ਚ ਬਈਏ ਤੇ ਹੂਟਾ ਹੋਰ ਹੁੰਦਾ ਇਹਦਾ ਤੇ ਵੱਖਰਾ ਹੀ ਨਜ਼ਾਰਾ ਕੋਈ ਬਾਏ ਵੇਂਦਾ ਹੀ ਓ ਵੇਖੋ ਮੁੰਡਿਆਂ ਦਾ ਮੂੰਹ ਮਾਣਾ ਭੰਨ ਦਿਓ ਉਹ ਵੀ ਕੀ ਯਾਦ ਰੱਖੋਗੇ ਮੈਂ ਨਾਨਕੇ ਗੁੱਸੇ ਨਹੀਂ ਹੈ ਹਿੱਲਦੇ ਵੀ ਨਹੀਂ ਹੈ ਉਹ ਬੜਾ ਪੱਕਾ ਨਿਕਲਿਆ ਹੀ ਉਹ ਪੰਨ ਹੀ ਉਹਨੇ ਪੌਂਗੇ ਵਿੱਚ ਉਹਨੂੰ ਨਾ ਗੈਰੀ ਭਾਜੀ ਨੇ ਕਿੱਦਾਂ ਫਿਰ ਨਜ਼ਾਰੇ ਆ ਖੁਸ਼ੀ ਓ ਹਾਏ 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 ਕੀ ਕਿੱਥੇ ਚੱਲੇ
ਨਜ਼ਾਰੇ ਹਾਏ ਓਏ ਉਹ ਵੇਖ ਲਈ ਉਹਨੂੰ ਡਿਆ ਹੀ ਛੇੜਨ ਭੈਣਾ ਵੇਖਣ ਨੂੰ ਭੋੜਾ ਜਾ ਲੱਗਦਾ ਨਾ ਜ਼ਿਆਦਾ ਸਾਹਿਬ ਮਾਮਾ ਉਹ ਬੈਠਾ ਹੋ ਜਾਏ ਤੂੰ ਵੀ ਉਦਾਂ ਕਰ ਉਹ ਖੁਸ਼ ਹੋਣ ਡਿਆ ਤੇ ਤੂੰ ਔਖਾ ਹੋਣ ਡਿਆ ਚਲੋ ਬਸ ਸਟੋਪ ਆ ਗਿਆ ਹੁਣ ਸਟੋਪ ਆ ਗਿਆ ਸਟੋਪ ਆਪਦੇ ਸਵਾਰ ਗਾ ਮਾਮੇ ਪਾਏ ਪਾਏ ਵਿੱਚ ਨਿਕਲ ਗਿਆ ਵਾ ਇੱਕ ਸਵਾਰੀ ਟਿਕ ਕੇ ਬੈਠੀ ਹੈ ਤੇ ਇੱਕ ਸਵਾਰੀ ਰੋਣ ਡਿਆ ਪਈ ਆ ਵੀ ਤੋਰਿਆ ਕਿਉਂ ਨੀ ਆਜਾ 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 ਮੈਂ ਬਹੁਤ ਮਹਿੰਗੀ ਟਿਕਟ ਲਈ ਸੀ ਤੇ ਮੈਂ ਬਹਿ ਨੀ ਸਕਦਾ ਇਦਾਂ ਸਵਾਰੀ ਵੇਖਾ ਡਈ ਉੱਠ ਕੇ ਪਾਇਲਟ ਨੇ ਤੇ ਉਹ ਗੱਲ ਕੰਮ ਸਾਰਾ ਹੀ ਰੱਖਿਆ ਜਗਾੜ ਤਾਂ ਮਾੜੀ ਜੀ ਕਮਾਈ ਤੇ ਜਾ ਜਾ ਕੇ ਨੁਕਰੇ ਲਾ ਲਿਆ ਮੈਨੂੰ ਤਾਂ ਆਹ ਸਾਹਿਬ ਸਾਰੇ ਘੁਮਾ ਕੇ ਲਿਆ ਕੇ ਨੁਕਰੇ ਲਾ ਤੇ ਠੀਕ ਕਰਨ ਤੇ ਨਜ਼ਾਰੇ ਲੱਗੇ ਸਾਹਿਬ ਨੂੰ ਮਾਮੇ ਪਿੰਡ ਆਣ ਕੇ ਪਰੇ ਕਰਾਂ ਮੈਂ ਚੁੱਪ ਹੋ ਗਿਆ ਵੇਖੋ ਮੈਨੂੰ ਆਪਣੀ ਸੀਟ ਬੈਲਟ ਬੰਨ ਲਾ ਦੇ ਨਹੀਂ ਮੈਂ ਮੰਨ ਲਿਆ ਸੀਟ ਬੈਲਟ ਬੰਨ ਇਹ ਵੀ ਜਹਾਜ਼ ਹੀ ਹੈ ਜਹਾਜ਼ ਹੀ ਰੋ ਤਾਂ ਕੋਸ਼ਿਸ਼ ਹੀ ਕਿ ਮੈਨੂੰ ਵੇਖਿਓ ਇਸੇ ਗੱਲ ਦਾ ਤੇ ਰੋਣਾ ਸੀ ਜਦੋਂ ਵੀਰ ਜੀ ਨੇ ਹੋੜਾ ਦਿੱਤਾ ਗਿਆ ਉਦੋਂ ਚੁੱਪ ਜਦੋਂ ਉਹ ਲੈ ਕੇ ਲਾ ਦੀ ਉਦੋਂ ਰੋਣਾ ਸ਼ੁਰੂ ਕਰਤਾ ਵੀਰ ਜੀ ਸਾਹਿਬ ਜੀ ਉਹਨੇ ਗੁਰਸਾਹਿਬ ਨੂੰ ਵੇਖ ਕਿੰਨਾ ਸੋਹਣਾ ਫੜਿਆ ਉਹਨੂੰ ਘੁੱਟ ਕੇ ਆਦੀ ਬਾਹਰ ਲੈ ਕੇ ਜਾਓ ਨੂੰ ਲੈ ਕੇ ਚੱਲ ਚੱਲ ਗਏ ਉਹ ਤਾਂ ਪੈਸੇ ਨੀ ਨਾ ਦਿੱਤੇ ਪਾਇਲਟ ਨੂੰ ਇੰਨੇ ਵੀਰ ਜੀ ਥੋੜਾ ਹੌਲੀ ਓ ਮਾਈ ਗੋਡ ਦੇਖੀ ਲੱਗੀ ਫੇਰ ਹੁਣ ਰੋਜ਼
ਵੀਰ ਜੀ ਥੋੜਾ ਹੌਲੀ। ਉਧਰ ਆਪਣੇ ਮਾਮਾ ਘਰ ਆਪਣਾ ਪਾਇਲਟ ਥੱਕ ਗਿਆ। ਪਾਇਲਟ ਥੱਕ ਗਿਆ, ਉਹਨਾਂ ਸਵਾਰੀਆਂ ਨੂੰ ਕੋਈ ਫਰਕ ਨਹੀਂ ਪੈਂਦਾ। ਵੱਡਾ ਪਾਇਲਟ ਪੱਠੇ ਲੈ ਜਾਣਾ, ਇਹਦੇ ਪੰਗਾ ਪੈਣਾ ਜਦੋਂ ਉਤਾਰਨੇ ਆ ਵਿੱਚੋਂ। ਉਹ ਰੋ ਪਿਆ ਪਿਆ, ਚੁੱਪ ਕਰਕੇ ਜਦੋਂ ਚੱਲ ਪਿਆ। ਪੁੱਤ ਜੀ ਡੈਡੀ ਜੀ ਨੇ ਪੱਠੇ ਲੈਣ ਜਾਣਾ, ਤੁਸੀਂ ਵੀ ਜਾਣਾ ਨਾਲ। ਡੈਡੀ ਜੀ ਇਹਨੂੰ ਪਹਿਲਾਂ ਨਾਲ ਲੈ ਕੇ ਜਾਣਾ। ਹੁਣ ਵੇਖਿਓ ਤਮਾਸ਼ਾ, ਵੇਖਿਓ ਹੁਣ ਵੇਖਿਓ ਹੁਣ ਇਹ ਤਮਾਸ਼ਾ। ਹੋਰ ਤਾਂ ਕੋਈ ਰੋਊ ਨਾ ਰੋਊ। ਹੁਣ ਪੰਗਾ ਪੈਣਾ, ਹੁਣ ਪੰਗਾ ਪੈਣਾ। ਇੱਕ ਵੀਰ ਜੀ ਉਹਨੂੰ ਨਾ ਭਾਈ ਥੱਲੇ ਉਹਨੇ ਉਹ ਪਾਏ ਨੀ, ਉਹ ਜੁਰਾਬਾਂ ਵੀ ਨੀ ਪਾਈਆਂ ਉਹਨੂੰ। ਚਲੋ ਜੀ ਲਿਆਓ ਲੰਗਰ ਲਿਆਓ। ਇਹ ਪਤਾ ਨੀ ਕੀ ਪਾਪੇ ਦੀ ਆ ਚਾਦਰ।